ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਤੋਂ ਕਿਸਾਨਾਂ ਦੇ ਜਿੱਥੇ ਲਗਾਤਾਰ ਦਿੱਲੀ ਵੱਲ ਰਵਾਨਾ ਹੋ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ੀਨਾ ਰੇਵਾਲਾ ਵਿਖੇ ਸੈਲੋ ਪਲਾਟ ਤੋਂ ਕਰੀਬ 1 ਮਹੀਨੇ ਤੋਂ ਧਰਨੇ ਤੇ ਬੈਠੇ ਕਿਸਾਨਾਂ ਦਾ ਇੱਕ ਵਿਸ਼ਾਲ ਟਰੈਕਟਰ ਟਰਾਲੀਆਂ ਦਾ ਮਾਰਚ ਅੱਜ ਦਿੱਲੀ ਵੱਲ ਨੂੰ ਕੂਚ ਕੀਤਾ। ਉੱਥੇ ਇਸ ਮਾਰਚ 'ਚ ਵੱਡੀ ਗਿਣਤੀ 'ਚ ਕਿਸਾਨਾਂ ਅਤੇ ਪਿੰਡਾਂ ਤੋਂ ਨੌਜਵਾਨ ਸ਼ਾਮਿਲ ਹੋਏ ਹਨ। ਇਸ ਟਰੈਕਟਰ ਮਾਰਚ 'ਚ ਵੱਖ-ਵੱਖ ਰੰਗ ਦੇਖਣ ਨੂੰ ਮਿਲੇ। ਕਸਬਾ ਸੈਨਿਕ ਵੀ ਸ਼ਾਮਿਲ ਹਨ ਅਤੇ ਫੌਜੀ ਬੰਦੋਬਸਤ ਵਾਂਗ ਸਜਾਏ ਟਰੈਕਟਰ ਟਰਾਲੀ ਵੀ ਸੀ। ਅਰਦਾਸ ਕਰਕੇ ਇਹ ਟਰੈਕਟਰ ਮਾਰਚ ਦਿੱਲੀ ਵੱਲ ਹੋਇਆ ਰਵਾਨਾ। ਮੇਰਾ ਮਨਦੀਪ ਸਿੰਘ ਜੀ ਨਾਮ ਅਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਆਪਣਾ ਅੜੀਅਲ ਤਰੀਕਾ ਛੱਡ ਕੇ ਮੋਦੀ ਸਰਕਾਰ ਜੋ ਸੈਂਟਰ ਸਰਕਾਰ ਆਪਣਾ ਅੜੀਅਲ ਤਰੀਕਾ ਛੱਡ ਕੇ ਵਤੀਰਾ ਛੱਡ ਕੇ ਜਲਦ ਤੋਂ ਜਲਦ ਕਿਸਾਨਾਂ ਦੇ ਹੱਕਾਂ ਦੇ ਫੈਸਲੇ ਨੂੰ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਆ, ਕਿਉਂਕਿ ਬਹੁਤ ਠੰਡ ਆ। ਜਿਸ ਤਰ੍ਹਾਂ ਦੇਖੋ 2 ਮਹੀਨੇ ਹੋ ਕੇ ਆ, ਸਾਡੇ ਕਿਸਾਨ ਵੀਰ ਉੱਥੇ ਬੈਠੇ ਆ, ਸ਼ਹੀਦ ਵੀ ਹੋਏ ਆ। ਇਹ ਅੜੀਅਲ ਤਰੀਕੇ ਦੀ ਆਪਣੀ ਜੋ ਇਹਨਾਂ ਦਾ ਵਤੀਰਾ ਵਾ ਮੋਦੀ ਸਰਕਾਰ ਦਾ ਛੱਡ ਕੇ, ਅਤੇ ਜਲਦ ਤੋਂ ਜਲਦ ਜਿਹੜੇ ਕਾਨੂੰਨ ਉਹਨਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਸ਼ਾਂਤਮਈ ਦੇ ਤਰੀਕੇ ਨਾਲ ਆਪਣੇ ਘਰ ਵਾਪਸ ਆਉਣ ਦੇਣ। ਅਤੇ ਨਹੀਂ ਤਾਂ ਅਦਰਵਾਈਜ਼ ਜੋ 26 ਤਰੀਕ ਦੀ ਪਰੇਡ ਰੈਲੀ ਆ, ਉਹ ਤੋਂ ਉਹਨੂੰ ਪਤਾ ਲੱਗ ਹੀ ਜਾਣਾ ਆ ਕਿ ਕਿੰਨਾ ਕੁ ਉਤਸ਼ਾਹ ਕਿਸਾਨਾਂ ਦੇ ਵਿੱਚ ਆ। ਇਹ ਸਾਡੀ ਪਗੜੀ ਅਸੀਂ ਹਮੇਸ਼ਾ ਸੰਭਾਲ ਕੇ ਰੱਖੀ ਹੈ ਅਤੇ ਪਗੜੀ ਨੂੰ ਸੰਭਾਲ ਕੇ ਰੱਖਾਂਗੇ। ਧੰਨਵਾਦ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋ ਕਿ 1 ਮਹੀਨਾ ਤੋਂ ਇੱਥੇ ਧਰਨਾ ਲੱਗਾ ਸੀ ਸੈਲੋ ਪਲਾਂਟ ਬੰਦ ਕਰਕੇ, ਅੱਜ ਬਹੁਤ ਵੱਡੀ ਤਾਦਾਦ ਤੁਸੀਂ ਵੇਖ ਸਕਦੇ ਜੇ ਇੱਥੇ ਕੋਈ 100 ਦੇ ਕਰੀਬ ਟਰੈਕਟਰ ਟਰਾਲੀ। ਅਸੀਂ ਜੋ 26 ਜਨਵਰੀ ਦਾ ਟਰੈਕਟਰ ਮਾਰਚ ਆ ਉਹਦੇ ਸੰਬੰਧ 'ਚ ਜੋ ਹੁਕਮ ਹੀ ਉੱਪਰਲੀ ਹਾਈ ਕਮਾਨ ਦਾ ਸਾਨੂੰ, ਅਸੀਂ ਅੱਜ ਤੁਰ ਰਹੇ ਹਾਂ, ਰਾਹ 'ਚ ਸਟੇਅ ਕਰਾਂਗੇ ਜੀ ਰਸਤੇ 'ਚ, ਅਤੇ ਸਾਰਾ ਕੁਛ ਅਰੇਂਜਮੈਂਟ ਕਰਕੇ ਅਸੀਂ 26 ਜਨਵਰੀ ਨੂੰ ਸਰਕਾਰ ਨੂੰ ਇਹ ਵਿਖਾ ਦਾਂਗੇ ਵੀ ਇਹ ਜਿਹੜਾ ਮਾਰਚ ਆ ਇਹ ਇਤਿਹਾਸ ਸਿਰਜੇਗਾ ਅਤੇ ਇਹ ਜਿਹੜੇ ਕਾਲੇ ਕਾਨੂੰਨ ਆ ਇਹਨਾਂ ਨੂੰ ਵਾਪਸ ਕਰਵਾ ਕੇ ਹੀ ਅਸੀਂ ਪੱਕਾ ਸਟੇਅ ਕਰਾਂਗੇ। ਉੱਥੇ ਜਾ ਕੇ ਕੁਛ ਬੰਦੇ ਆਉਣਗੇ, ਕੁਛ ਜਾਣਗੇ, ਪੱਕੇ ਹੀ ਉੱਥੇ ਇਹਨਾਂ ਦੇ ਜਿੱਦਾਂ ਪੰਜਾਬੀ ਚਾਹੁੰਦੇ ਹੁੰਦੇ ਆ ਵੀ ਉਹਦੇ ਨਾਸਾਂ 'ਚ ਧੂੰ ਦੇ ਕੇ ਮੋਦੀ ਦੇ, ਅਤੇ ਫਿਰ ਹੀ ਕਾਲੇ ਕਾਨੂੰਨ ਵਾਪਸ ਦੇ ਕੇ ਅਤੇ ਕਰਵਾ ਕੇ ਇਹਨਾਂ ਕੋਲ ਅਤੇ ਫਿਰ ਵਾਪਸ ਮੁੜਾਂਗੇ ਜੀ।